प्रधान जी आ जिहड़ा सूए नूं लै के रफड़ चलदा गांले पिंड आ जिहड़े उह कहिंदे पाणी वधणी वाले रोक देणगे जत्थेबंदी बैठी कोई मसले का हल होना चाहिए। ਜਿੰਨੇ ਵੀ ਆਪਾਂ ਇੱਕ ਸਿਆਸੀ ਲੀਡਰਾਂ ਨੂੰ ਕਹਿੰਦੇ ਆ ਅੱਜ ਕੱਲ ਦੇ ਜਿਹੜੇ ਸਾਧੂ ਸੰਤ ਹੈ ਇਹ ਉਹਨਾਂ ਤੋਂ ਵੀ ਵੱਡੇ ਸਿਆਸੀ ਲੀਡਰ ਹੋ ਚੁੱਕੇ ਆ। ਉਹ ਆਪਦੇ ਫਾਇਦੇ ਲਈ ਨਾ ਤਾਂ ਪਬਲਿਕ ਨੂੰ ਕੁਝ ਸਮਝਦੇ ਆ ਨਾ ਜ਼ਿਮੀਦਾਰ ਨੂੰ ਕੁਝ ਸਮਝਦੇ ਆ। ਇਹ ਸਿਰਫ ਇਹਨਾਂ ਦੇ ਵਾਅਦੇ ਹੀ ਹੁੰਦੇ ਆ ਵੀ ਅਸੀਂ ਆਹ ਕਰਾਂਗੇ ਵੀ ਇਹਨਾਂ ਨੇ ਕਰਨਾ ਕੁਛ ਨਹੀਂ। ਫਾਇਦਾ ਉਹਦਾ ਇਹ ਜੀ ਇਹ ਤਾਂ ਇਹਨਾਂ ਨੂੰ ਇਕੱਲੇ ਬਾਬੇ ਨੂੰ ਫਾਇਦਾ ਆਪ ਦੀ ਮਤਲਬ ਇੱਕ ਜਗ੍ਹਾ ਤੇ ਵੀ ਜਿਹੜੇ ਚੇਲੇ ਚਾਪਟੇ ਆਉਂਦੇ ਆ ਗੱਡੀਆਂ ਆਉਂਦੀਆਂ ਇਹਨਾਂ ਨੇ ਆਪਦਾ ਵੇਖਿਆ ਆਹ ਜਿਹੜੀ ਜਗ੍ਹਾ ਨੱਪੀ ਆ ਇਹਨਾਂ ਨੇ ਗੈਰ ਕਾਨੂੰਨੀ ਦੱਬੀ ਆ ਕਿਉਂਕਿ ਸਿੰਚਾਈ ਵਿਭਾਗ ਦੀ ਜਗ੍ਹਾ ਜਿੱਥੇ ਸਾਨੂੰ ਕਿਸੇ ਨੂੰ ਵੀ ਉਹਦੇ ਉੱਤੇ ਕੋਈ ਕਬਜ਼ਾ ਕਰਨ ਦਾ ਅਧਿਕਾਰ ਨਹੀਂ। ਹੁਣ ਦੂਸਰੇ ਪਾਸੇ ਖੇਤ ਤਾਂ ਨਿਮਾਣ ਵੀ ਜ਼ਿਆਦੇ ਆ ਉਹ ਜੇ ਸੂਆ ਟੁੱਟ ਗਿਆ ਤੇ ਲੋਕ ਰੋਟੀ ਕਿੱਥੋਂ ਖਾਣਗੇ ਲੋਕ ਤਾਂ ਪਹਿਲਾਂ ਹੀ ਡੁੱਬੇ ਪਏ। ਹਰ ਮਹੀਨੇ ਹੈਲੀਕਾਪਟਰ ਉੱਤਰਦਾ ਸੀ ਉਹ ਕੀ ਕਰਨ ਆਉਂਦਾ ਸੀ ਇੱਥੇ ਹੁਣ ਕਿਉਂ ਨਹੀਂ ਆ ਰਿਹਾ। ਜੇਕਰ ਬਾਬੇ ਦੀ ਮਾਨਤਾ ਸੀ ਤੇ ਅੱਜ ਵੀ ਹੁਣ ਵੀ ਆਉਣਾ ਚਾਹੀਦਾ ਉਹਨਾਂ ਨੂੰ ਸਿਰਫ ਇਹੀ ਸੀ ਜਾਂ ਤਾਂ ਉਹ ਵੋਟਾਂ ਦੀ ਖਾਤਰ ਆਉਂਦੇ ਸੀ ਤੇ ਜਾਂ ਪੈਸੇ ਦੀ ਖਾਤਰ ਆਉਂਦੇ ਸੀ। ਬਾਬੇ ਦਾ ਸਿਆਸੀ ਜ਼ੋਰ ਸੀ ਬਾਬੇ ਨੇ ਆਪਦੇ ਸਿਆਸੀ ਜ਼ੋਰ ਦਾ ਕਰਕੇ ਜ਼ਿਮੀਦਾਰਾਂ ਨੂੰ ਪਹਿਲਾਂ ਵੀ ਤੰਗ ਕਰਿਆ ਤੇ ਹੁਣ ਵੀ ਤੰਗ। ਅਸਲੀ ਮਨਸਾ ਤਾਂ ਇਹੀ ਆ ਜੀ ਹੁਣ ਕਿ ਕਿਸਾਨਾਂ ਦਾ ਆਪਸੀ ਟਕਰਾਅ ਹੋਵੇ। ਇਹਨਾਂ ਨੇ ਸਿਮਰਤ ਕੌਰ ਨੇ ਇਹਨੂੰ ਸੂਏ ਨੂੰ ਬਣਵਾਇਆ ਅਕਾਲੀ ਸਰਕਾਰ ਵੇਲੇ ਇਹਨਾਂ ਦੇ ਬਾਦਲ ਆ ਕੇ ਪੈਰਾਂ 'ਚ ਬਹਿੰਦੇ ਸੀ ਹੁਣ ਵੀ ਬਹਿੰਦੇ ਆ। ਸੀ ਛਤਰ ਛਾਇਆ ਹੇਠ ਹੀ ਇਹ ਚੱਕ ਕੇ ਇੱਧਰ ਹੋਇਆ। ਅਸੀਂ ਅਧਿਕਾਰੀਆਂ ਨੂੰ ਕਿਹਾ ਕਿ ਇਹਦੀ ਮਨਜ਼ੂਰੀ ਕੋਈ ਸਾਨੂੰ ਦਿਖਾਓ ਕਹਿੰਦੇ ਜੀ ਦਫ਼ਤਰ ਪਈ ਆ ਜਦੋਂ ਕੱਲ੍ਹ ਦਾ ਇੱਥੇ ਰੌਲਾ ਪਿਆ ਵਾ ਤੇ ਮਨਜ਼ੂਰੀ ਲੈ ਕੇ ਨਹੀਂ ਆਏ। ਇੱਕ ਬੰਦੇ ਦੀ ਮੰਗ ਤੇ ਕੀਤਾ ਜੀ ਤਾਂ ਗਲਤ ਹੋਇਆ ਕਿ ਸਹੀ ਹੋਇਆ ਉਹ ਤਾਂ ਦੇਖਾਂਗੇ ਜੀ ਮਨਜ਼ੂਰੀ 'ਚ ਕੀ ਹੈ। ਜੇ ਮੰਨ ਲਓ ਇੱਕ ਬੰਦੇ ਦੀ ਕੋਈ ਮੰਗ ਹੋਵੇ ਫਿਰ ਤੁਹਾਨੂੰ ਲੱਗਦਾ ਵੀ ਗਲਤ ਹੋਊਗਾ ਤੇ ਫਿਰ ਇਹ ਤੇ ਕਾਰਵਾਈ ਹੋਊਗੀ ਫਿਰ ਕਾਰਵਾਈ ਕਾਹਦੀ ਹੋਣੀ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਚਮਕੌਰ ਸਿੰਘ ਲੋਪੋ। ਦਰਸ਼ਕੋ ਤੁਹਾਨੂੰ ਪਤਾ ਹੈ ਕਿ ਮੂਹਰੇ ਝੋਨੇ ਦਾ ਸੀਜ਼ਨ ਆ ਰਿਹਾ ਤੇ ਸੂਏ ਆ ਜਿਹੜੇ ਪੱਕੇ ਕੀਤੇ ਜਾ ਰਹੇ ਆ। ਸਰਕਾਰਾਂ ਦਾਅਵੇ ਵਾਅਦੇ ਵੱਡੇ ਕਰਦੀਆਂ। ਕੱਲ ਅਸੀਂ ਇੱਥੇ ਪਹੁੰਚੇ ਸੀ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਿਹੜਾ ਵੱਧਣੀ ਬੈਜਦੀ ਸੂਆ ਲੰਘਦਾ ਉੱਥੇ ਕਿਹਾ ਕਿ ਇਹਨੂੰ ਸੂਏ ਨੂੰ ਸਹੀ ਕਰਕੇ ਬਣਾਇਆ ਜਾਵੇ ਕਿਉਂਕਿ ਨਹਿਰੀ ਵਿਭਾਗ ਨੂੰ ਕਿਹਾ ਜਾ ਰਿਹਾ ਕਿ ਬਾਬੇ ਜੋਰੇ ਦਾ ਪੱਖ ਪੂਰ ਰਹੀ ਹੈ ਕਿਉਂਕਿ ਜਿਹੜਾ ਇਹ ਸੂਆ ਇਹਦੇ ਪਿੱਛੋਂ ਜੇ ਦੇਖ ਗਏ ਤਾਂ ਇੱਧਰੋਂ ਜਦੋਂ ਆਪਾਂ ਜਾਂਦੇ ਹਾਂ ਲੋਪੋ ਵੱਲ ਨੂੰ ਤਾਂ ਸੱਜੇ ਹੱਥ ਜਿਹੜਾ ਹੈਗਾ ਰਸਤਾ ਹੈ ਪਰ ਇੱਥੇ ਜਦੋਂ ਆਪਾਂ ਉੱਧਰੋਂ ਰਾਊਕ ਵਾਲੇ ਪਾਸਿਓਂ ਆਉਂਦੇ ਹਾਂ ਇੱਧਰ GT ਰੋਡ ਵੱਲੀ ਨੂੰ ਤਾਂ ਇੱਥੇ ਖੱਬੇ ਪਾਸੇ ਰਸਤਾ ਹੋ ਜਾਂਦਾ। ਕਹਿੰਦੇ ਬਾਦਲ ਦੀ ਸਰਕਾਰ ਸੀ ਅਤੇ ਬੀਬੀ ਬਾਦਲ ਇੱਥੇ ਬਾਬਿਆਂ ਕੋਲ ਆ ਕੇ ਜਿਹੜਾ ਹੈਗਾ ਵੋਟਾਂ ਉਹਨਾਂ ਨੇ ਲੈਣੀਆਂ ਹੁੰਦੀਆਂ ਸੀ ਅਤੇ ਬਾਬੇ ਨੂੰ ਖੁਸ਼ ਕਰਨ ਲਈ ਉਹਨਾਂ ਨੇ ਇੱਥੇ ਨਹਿਰੀ ਵਿਭਾਗ ਨੂੰ ਸੱਦ ਕੇ ਦਬਕਾ ਦੇ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਸੜਕ ਬਣਾਈ। ਹੁਣ ਇਹ ਨਹੀਂ ਪਤਾ ਇਹ ਸੜਕ ਕਾਨੂੰਨ ਇਹ ਨਹੀਂ ਪਤਾ ਇਹ ਸੜਕ ਗੈਰ ਕਾਨੂੰਨੀ ਢੰਗ ਨਾਲ ਬਣੀ ਵੀ ਆ। ਨਹਿਰੀ ਵਿਭਾਗ ਕਹਿੰਦਾ ਸਾਡੇ ਕੋਲ ਸਿਰਫ ਥਾਂ ਹੈ ਕਿ ਸਾਡਾ ਇੰਨੇ ਕਰਮ ਦਾ ਥਾਂ ਹੈ ਅਤੇ ਅਸੀਂ ਕਿਤੇ ਵੀ ਬਣਾ ਸਕਦੇ ਹਾਂ ਸੱਜੇ ਬਣਾ ਦਈਏ ਖੱਬੇ। ਉਹ ਵੀ ਸਥਿਤੀ ਸਪਸ਼ਟ ਨਹੀਂ ਕਰਦੀ ਕਿ ਜਿਹੜਾ ਸੂਆ ਆਖਿਰ ਕਿੱਥੇ ਬਣਨਾ ਜਗ੍ਹਾ ਹੀ ਦੱਸੀ ਜਾ ਰਹੀ ਹੈ ਅਤੇ ਇਹ ਲੋਕ ਖੜ੍ਹੇ ਨੇ ਅੱਜ ਮੰਗ ਪੱਤਰ ਦੇਣ ਲੱਗੇ ਨੇ ਕਿਉਂਕਿ ਠੰਡੇ ਬਸਤੇ ਦੇ ਵਿੱਚ ਜਦੋਂ ਕੰਮ ਪਾਉਣਾ ਹੋਵੇ ਉਦੋਂ ਇੱਕ ਮੰਗ ਪੱਤਰ ਲਿਆ ਜਾਂਦਾ ਜਾਂ ਜਥੇਬੰਦੀ ਦੱਸਦੀ ਆ ਕਿ ਜਾਂਚ ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ ਕਿ ਕਮੇਟੀ ਬਣਾਉਂਦੇ ਹਾਂ ਜੀ ਇਹਦਾ ਫੈਸਲਾ ਆਊਗਾ ਫਿਰ। ਪਰ ਲੋਕ ਕਹਿੰਦੇ ਅਸੀਂ ਬਚਪਨ ਤੋਂ ਲੈ ਕੇ ਦੇਖਦੇ ਸੀ ਰਸਤਾ ਜਿਹੜਾ ਉਹ ਪਹਿਲੇ ਪਾਸੇ ਸੀ ਹੁਣ ਕਿਉਂ ਇੱਧਰ ਬਣਿਆ ਸੀ ਕਾਰਨ ਕੀ ਸੀ ਪਿੰਡ ਵਾਸੀ ਆ ਜਥੇਬੰਦੀ ਦੇ ਆਗੂ ਆ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ ਕੀ ਨਾਂ ਆਪਣਾ ਕਿਹੜੀ ਜਥੇਬੰਦੀ ਲਈ? ਮੇਰਾ ਨਾਂ ਜੀ ਕਰਨੈਲ ਸਿੰਘ ਫੌਜੀ ਭਾਰਤ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਇਕਾਈ ਵਧਣੀ ਕਲਾਂ ਦਾ ਮੈਂ ਮੀਤ ਪ੍ਰਧਾਨ ਹੈ। ਪ੍ਰਧਾਨ ਜੀ ਆਹ ਜਿਹੜਾ ਸੂਏ ਨੂੰ ਲੈ ਕੇ ਰਫੜ ਚੱਲਦਾ ਗਾਂਹਲੇ ਪਿੰਡ ਆ ਜਿਹੜੇ ਉਹ ਕਹਿੰਦੇ ਪਾਣੀ ਵਧਣੀ ਵਾਲੇ ਰੋਕ ਦੇਣਗੇ ਜਥੇਬੰਦੀ ਬੈਠੀ ਕੋਈ ਮਸਲੇ ਦਾ ਹੱਲ ਹੋਣਾ ਚਾਹੀਦਾ। ਤੁਸੀਂ ਕੀ ਚਾਹੁੰਦੇ ਹੋ ਕਿਉਂਕਿ ਜੇ ਇਸ ਤਰ੍ਹਾਂ ਨਾਲ ਹੋਇਆ ਤਾਂ ਪਿੰਡਾਂ ਦਾ ਵੀ ਭੜਾ ਹੋਣ ਦਾ ਖਤਰਾ? ਦੇਖੋ ਜੀ ਜਿਹੜੇ ਮਤਲਬ ਜਿੰਨੇ ਵੀ ਆਪਾਂ ਇੱਕ ਸਿਆਸੀ ਲੀਡਰਾਂ ਨੂੰ ਕਹਿੰਦੇ ਆ ਅੱਜ ਕੱਲ ਦੇ ਜਿਹੜੇ ਸਾਧੂ ਸੰਤ ਹੈ ਇਹ ਉਹਨਾਂ ਤੋਂ ਵੀ ਵੱਡੇ ਸਿਆਸੀ ਲੀਡਰ ਹੋ ਚੁੱਕੇ ਆ। ਉਹ ਆਪਦੇ ਫਾਇਦੇ ਲਈ ਨਾ ਤਾਂ ਪਬਲਿਕ ਨੂੰ ਕੁਝ ਸਮਝਦੇ ਆ ਨਾ ਜ਼ਿਮੀਦਾਰ ਨੂੰ ਕੁਝ ਸਮਝਦੇ ਆ। ਜਿਹੜੇ ਇਹ ਕੋਈ ਜਿਹੜੇ ਸੂਏ ਕੱਸੀਆਂ ਬਣਾਏ ਆ ਇਹ ਸਾਡੇ ਇੰਡੀਆ ਗੌਰਮੈਂਟ ਦੇ ਨਹੀਂ ਬਣਾਏ ਇਹ ਅੰਗਰੇਜ਼ ਸਰਕਾਰ ਦੇ ਬਣਾਏ ਹੋਏ ਆ। ਬਿਲਕੁਲ ਹਾਂਜੀ ਉਹਨਾਂ ਦੇ ਇੱਕ ਦਿਮਾਗ ਸੀ ਵੀ ਕਿਹੜੇ ਪਾਸੇ ਰਸਤਾ ਰੱਖਣਾ
ਤੇ ਕਿਹੜੇ ਪਾਸੇ ਸੂਆ ਕੱਢਣਾ। ਜਿਹੜੇ ਸਾਡੇ ਪੰਜਾਬ ਦੇ ਵਿੱਚ ਆ ਤਕਰੀਬਨ ਸਾਰੇ ਲੈਫਟ ਸਾਈਡ ਤੋਂ ਰਸਤੇ ਜਾ ਰਹੇ ਆ। ਅੱਜ ਇਹ ਇੱਕ ਸਿਆਸੀ ਦਬਾਅ ਦਾ ਕਰਕੇ 1 ਕਿਲੋਮੀਟਰ ਦਾ ਟੁਕੜਾ ਇਹਨਾਂ ਨੇ ਵਿੱਚੋਂ ਆਪਦੇ ਮਤਲਬ ਇੱਕ ਸਰਕਾਰੀ ਜਗ੍ਹਾ ਨੂੰ ਦੇ ਉੱਪਰ ਕਬਜ਼ਾ ਕਰਿਆ, ਉਹਦੇ ਉੱਪਰ ਰੋਡ ਬਣਾਈ ਤੇ ਸੂਆ ਜਿਹੜਾ ਸੀਗਾ 2-3 ਫੁੱਟ ਪਰਾਂ ਨੂੰ ਇਹਨਾਂ ਨੇ ਧਕੇਲਤਾ। ਅੱਜ ਜਦੋਂ ਹੁਣ ਦੁਬਾਰਾ ਉਹ ਪੱਕਾ ਹੋ ਰਿਹਾ, ਉਹ ਤੇ ਫਿਰ ਦਬਾਅ ਪਾ ਕੇ ਉਹਨੂੰ 5-7 ਫੁੱਟ ਹੋਰ ਦੂਸਰੀ ਸਾਈਡ ਕੀਤਾ ਜਾ ਰਿਹਾ। ਜਿਹੜਾ ਦੂਸਰੀ ਸਾਈਡ ਦਾ ਰਸਤਾ ਸੀ ਜਿੱਥੋਂ ਦੀ ਬੈਲ ਗੱਡੀਆਂ ਟਰੈਕਟਰ ਟਰਾਲੀਆਂ ਲੰਘਦੇ ਸੀ, ਅੱਜ ਉਸ ਥਾਂ ਦੇ ਉੱਪਰ ਉਹ ਸਾਈਕਲ ਨਹੀਂ ਲੰਘ ਰਿਹਾ। ਵੀ ਜੇ ਕੱਲ ਨੂੰ ਦੂਸਰੀ ਚੀਜ਼ ਇਹ ਆ, ਉਧਰਲੀ ਸਾਈਡ ਨੂੰ ਖੇਤੀ ਜ਼ਿਆਦੇ ਆ, ਨਿਮਾਣ ਜ਼ਿਆਦੇ ਆ, ਤੇ ਜੇਕਰ ਸੂਆ ਟੁੱਟਦਾ ਤੇ ਜ਼ਿਮੀਦਾਰਾਂ ਦੀਆਂ ਸਾਰੀਆਂ ਫਸਲਾਂ ਬਰਬਾਦ ਹੋਣਗੀਆਂ। ਨਾ ਉਹਨਾਂ ਨੂੰ ਕਿਸੇ ਸਰਕਾਰ ਨੇ ਮੁਆਵਜ਼ਾ ਦੇਣਾ ਤੇ ਨਾ ਸਰਕਾਰਾਂ ਨੇ ਅੱਜ ਤੱਕ ਮੁਆਵਜ਼ੇ ਦਿੱਤੇ ਆ। ਇਹ ਸਿਰਫ ਇਹਨਾਂ ਦੇ ਵਾਅਦੇ ਹੀ ਹੁੰਦੇ ਆ ਵੀ ਅਸੀਂ ਆਹ ਕਰਾਂਗੇ, ਅਸੀਂ ਆਹ ਕਰਾਂਗੇ, ਵੀ ਇਹਨਾਂ ਨੇ ਕਰਨਾ ਕੁਛ ਨਹੀਂ। ਇਹਨਾਂ ਨੇ ਬਾਕੀ ਜਿਹੜੇ ਸਿਆਸੀ ਲੀਡਰ ਆ ਪਿੰਡਾਂ ਦੇ ਵਿੱਚ ਦੂਸਰੇ ਆਦਮੀਆਂ ਨੂੰ ਭੜਕਾ ਕੇ ਵੀ ਆਪਸ ਵਿੱਚ ਟਕਰਾਅ ਕਰਾਉਣਾ ਚਾਹੁੰਦੇ ਆ, ਪਰ ਸਾਡੀ ਜਥੇਬੰਦੀ ਇੰਨੀ ਸਹਿਨਸ਼ੀਲਤਾ ਨਾਲ ਚੱਲਦੀ ਆ, ਜੇ ਅਸੀਂ ਸਾਨੂੰ ਜੇ ਕੋਈ ਉਸ ਆ ਕੇ ਬੋਲਦਾ ਵੀ ਆ ਤੇ ਅਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਭਾਈ ਆਪਾਂ ਆਪਸ ਵਿੱਚ ਨਹੀਂ ਲੜਨਾ, ਆਪਾਂ ਕਾਨੂੰਨ ਦੇ ਦਾਇਰੇ ਤੇ ਚੱਲਣਾ, ਸਾਨੂੰ ਬਾਬੇ ਨਾਲ ਵੀ ਕੋਈ ਮਤਲਬ ਗਿਲਾ ਨਹੀਂ ਹੈ। ਵੀ ਜੋ ਵੀ ਸੂਆ ਅੱਜ ਤੋਂ 15-20 ਸਾਲ ਪਹਿਲਾਂ ਦਾ ਚੱਲਦਾ, ਕੋਈ ਵੀ ਸਰਕਾਰੀ ਅਫਸਰ ਆਵੇ ਉੱਥੋਂ ਦੀ ਬਣਾ ਦੇਵੇ, ਚਾਹੇ ਉਹ ਵਿੰਗਾ ਚਾਹੇ ਉਹ ਟੇਢਾ, ਸਾਨੂੰ ਮਨਜ਼ੂਰ ਹੈ। ਪਰ ਇਹ ਨਹੀਂ ਹੈ ਵੀ ਜੇ ਹੁਣ ਬਣਾਉਣਾ ਤੇ ਵੀ 10 ਫੁੱਟ ਜਾ ਕੇ ਦੂਜੇ ਪਾਸੇ ਨੂੰ ਕਰ ਦਿੱਤਾ ਜਾਵੇ। ਇਹ ਕੌਣ ਸਾ ਕਿੱਥੋਂ ਮਤਾ ਪਾਸ ਕਰਿਆ ਇਹ ਇਹਨਾਂ ਨੇ? ਪ੍ਰਧਾਨ ਜੀ ਇੱਕ ਦੱਸੋ, ਜੇ ਇੱਧਰਲੇ ਪਾਸੇ ਸੜਕ ਆ ਇਹਦਾ ਨੁਕਸਾਨ ਕੀ ਆ, ਜੇ ਪਹਿਲੇ ਪਾਸੇ ਰਾਹ ਬਣਦਾ ਉਹਦਾ ਫਾਇਦਾ ਕੀ ਹੈ? ਫਾਇਦਾ ਉਹਦਾ ਇਹ ਜੀ, ਇਹ ਤਾਂ ਇਹਨਾਂ ਨੂੰ ਇਕੱਲੇ ਬਾਬੇ ਨੂੰ ਫਾਇਦਾ, ਆਪਦੀ ਮਤਲਬ ਇੱਕ ਜਗ੍ਹਾ ਤੇ ਵੀ ਜਿਹੜੇ ਚੇਲੇ ਚਾਪਟੇ ਆਉਂਦੇ ਆ ਗੱਡੀਆਂ ਆਉਂਦੀਆਂ, ਵੀ ਇਹਨਾਂ ਨੇ ਆਪਦਾ ਵੇਖਿਆ। ਇਹਨਾਂ ਨੂੰ ਜਦ ਕਿ ਸੜਕ ਦੂਸਰੀ ਆ ਰਹੀ ਸੀ, ਬੀੜ ਰੋਕਿਆਂ ਵਾਲੀ ਸੜਕ ਦੇ ਉੱਪਰ ਲੱਗਦਾ, ਇਹ ਉੱਥੋਂ ਦੀ ਆ ਸਕਦੇ ਸੀ, ਉਹ ਸੜਕ ਵੀ ਹੈ, ਸਰਕਾਰੀ ਸੜਕ ਹੈ। ਆਹ ਜਿਹੜੀ ਜਗ੍ਹਾ ਨੱਪੀ ਆ ਇਹਨਾਂ ਨੇ, ਇਹ ਗੈਰ ਕਾਨੂੰਨੀ ਦੱਬੀ ਆ, ਕਿਉਂਕਿ ਸਿੰਚਾਈ ਵਿਭਾਗ ਦੀ ਜਗ੍ਹਾ ਜਿੱਥੇ ਸਾਨੂੰ ਕਿਸੇ ਨੂੰ ਵੀ ਉਹਦੇ ਉੱਤੇ ਕੋਈ ਕਬਜ਼ਾ ਕਰਨ ਦਾ ਅਧਿਕਾਰ ਨਹੀਂ। ਹੁਣ ਦੂਸਰੇ ਪਾਸੇ ਖੇਤ ਆ, ਨਿਮਾਣ ਵੀ ਜ਼ਿਆਦੇ ਆ, ਉਹ ਜੇ ਸੂਆ ਟੁੱਟ ਗਿਆ ਤੇ ਲੋਕ ਰੋਟੀ ਕਿੱਥੋਂ ਖਾਣਗੇ? ਲੋਕ ਤਾਂ ਪਹਿਲਾਂ ਹੀ ਡੁੱਬੇ ਪਏ ਆ। ਇਹ ਉਸ ਸਾਈਡ ਸਾਨੂੰ ਉਸ ਸਾਈਡ ਦਾ ਜਿੰਨਾ ਰਸਤਾ ਸੀ ਸਾਡਾ ਪਹਿਲਾਂ ਉਹ ਪੂਰਾ ਕਰ ਦੇਣ 12 ਫੁੱਟ ਦਾ, ਤੇ ਬਾਕੀ ਇਹ ਜੋ ਮਰਜ਼ੀ ਕਰ। ਪ੍ਰਧਾਨ ਜੀ ਤੁਹਾਨੂੰ ਲੱਗਦਾ ਵੀ ਬਾਬੇ ਦੀ ਸਿਆਸੀ ਪਹੁੰਚ ਸੀ ਜੇ ਪਹਿਲਾਂ ਸੀ ਤੇ ਹੁਣ ਪਹੁੰਚ ਖਤਮ ਹੋ ਗਈ ਆ, ਹੁਣ ਵੀ ਪਹੁੰਚਣਾ ਦਬਾਅ ਬਣਾਊਗਾ? ਦੇਖੋ ਜੀ, ਜਿਹੜੇ ਜ਼ਿਆਦਾ ਹੁਣ ਕੀ ਬੋਲੀਏ, ਅੱਜ ਤੋਂ ਜਦੋਂ ਕੈਪਟਨ ਸਰਕਾਰ ਪਹਿਲੀ ਵਾਰ ਆਈ ਸੀ ਉਦੋਂ ਰਵਿੰਦਰ ਸਿੱਧੂ ਜਿਹੜਾ ਆਪਣੇ ਬੋਰਡ ਦਾ ਚੇਅਰਮੈਨ ਸੀ, ਕੈਪਟਨ ਸਾਹਿਬ ਨੇ ਫੜ ਕੇ ਉਹਨੂੰ ਸਭ ਤੋਂ ਪਹਿਲਾਂ ਅੰਦਰ ਕੀਤਾ ਸੀ, ਕਿਉਂਕਿ ਉਦੋਂ 30-35 ਲੱਖ ਲੈ ਕੇ ਭਰਤੀ ਕਰੇ ਗਏ ਸੀ। ਉਹ ਜਿਹੜੇ ਭਰਤੀ ਕਰੇ ਹੋਏ ਆ ਬਾਦਲ ਸਾਹਿਬ ਦੇ, ਅੱਜ ਉਹੀ ਤਾਂ ਅਧਿਕਾਰੀ ਬੈਠੇ ਆ ਸਾਰੇ, ਤੇ ਬਾਦਲ ਸਾਹਿਬ ਦਾ ਹਰ ਮਹੀਨੇ ਹੈਲੀਕਾਪਟਰ ਤੁਰਦਾ ਸੀ ਇੱਥੇ, ਉਹਦਾ ਸਾਰੇ ਪਿੰਡ ਨੂੰ ਪ੍ਰੂਫ ਹੈ, ਕੋਈ ਇਹ ਨਹੀਂ ਹੈ ਵੀ ਮੈਂ ਇਕੱਲਾ ਉਹਦੇ ਬਾਰੇ ਕੋਈ ਗੱਲ ਕਰ ਰਿਹਾ। ਹਰ ਮਹੀਨੇ ਹੈਲੀਕਾਪਟਰ ਉਤਰਦਾ ਸੀ, ਉਹ ਕੀ ਕਰਨ ਆਉਂਦਾ ਸੀ ਇੱਥੇ? ਹੁਣ ਕਿਉਂ ਨਹੀਂ ਆ ਰਿਹਾ? ਜੇਕਰ ਬਾਬੇ ਦੀ ਮਾਨਤਾ ਸੀ ਤੇ ਅੱਜ ਵੀ ਹੁਣ ਵੀ ਆਉਣਾ ਚਾਹੀਦਾ ਉਹਨਾਂ ਨੂੰ। ਸਿਰਫ ਇਹੀ ਸੀ, ਜਾਂ ਤਾਂ ਉਹ ਵੋਟਾਂ ਦੀ ਖਾਤਰ ਆਉਂਦੇ ਸੀ ਤੇ ਜਾਂ ਪੈਸੇ ਦੀ ਖਾਤਰ ਆਉਂਦੇ ਸੀ। ਜਿਨ੍ਹਾਂ ਨੇ ਜਿੱਥੋਂ ਜਿਹਨੂੰ ਕਿਸੇ ਵੀ ਚੀਜ਼ ਦੀ ਇਨਕਮ ਹੈ ਉਹਦੀ ਗੱਲ ਮੰਨੂ। ਇਸ ਕਰਕੇ ਬਾਬੇ ਦਾ ਸਿਆਸੀ ਜ਼ੋਰ ਸੀ, ਬਾਬੇ ਨੇ ਆਪਦੇ ਸਿਆਸੀ ਜ਼ੋਰ ਦਾ ਕਰਕੇ ਜ਼ਿਮੀਦਾਰਾਂ ਨੂੰ ਪਹਿਲਾਂ ਵੀ ਤੰਗ ਕਰਿਆ ਤੇ ਹੁਣ ਵੀ ਤੰਗ ਕਰ ਰਿਹਾ। ਠੀਕ ਹੈ, ਆਖਰ ਤੇ ਬੰਕ ਕੀ ਕਰਦੇ ਹੋ ਪ੍ਰਧਾਨ ਜੀ, ਕੀ ਹੋਣਾ ਕੀ ਚਾਹੀਦਾ? ਸਾਡਾ ਇਹ ਜੀ, ਅਸੀਂ ਕਹਿੰਦੇ ਨਾ ਸਾਡੀ ਸੁਣੀ ਜਾਵੇ ਨਾ ਕਿਸੇ ਹੋਰ ਦੀ ਸੁਣੀ ਜਾਵੇ। ਜਿਹੜਾ ਸੂਆ ਪਹਿਲਾਂ ਤੋਂ ਕਾਗਜ਼ਾਂ 'ਚ ਚੱਲੀ ਜਾਂਦਾ, ਸਾਨੂੰ ਸਾਡੀ ਕੋਈ ਹੋਰ ਲਹਿਦਾ ਮੰਗ ਨਹੀਂ, ਜਾਂ ਅਸੀਂ ਕਿਸੇ 'ਤੇ ਜ਼ੋਰ ਨਹੀਂ ਪਾਉਂਦੇ, ਵੀ ਅਸੀਂ ਉਹੀ ਮੰਗ ਕਰਦੇ ਹਾਂ ਵੀ ਜਿੱਥੇ ਸੂਆ ਪਹਿਲਾਂ ਸੀ ਉੱਥੇ ਬਣਾ ਦੇ। ਠੀਕ ਹੈ, ਸੋ ਹੋਰ ਵੀ ਪ੍ਰਧਾਨ ਜੀ, ਇਹ ਜਿਹੜਾ ਸੂਆ ਹੈ ਕੀ ਮਸਲਾ? ਹੁਣ ਜੇ ਕਹਿੰਦੇ ਵੀ ਸੜਕ ਪੱਟੀ ਤੋਂ ਬਿਨਾਂ ਨਹੀਂ ਸਰਨਾ, ਸੜਕ ਪੱਟਣੀ ਪਊ, ਕਿਵੇਂ ਆ ਸਾਰਾ ਮਸਲਾ? ਕਿਉਂਕਿ ਤੁਸੀਂ ਕੱਲ੍ਹ ਤੋਂ ਲੈ ਕੇ ਇੱਥੇ ਆ, ਅਧਿਕਾਰੀ ਵੀ ਸੀ, ਪਿੰਡਾਂ ਵਾਲੇ ਵੀ ਕਹਿੰਦੇ ਆ ਕਿਤੇ ਆਪਣਾ ਇਹ ਅਟਕ ਨਾ ਜਾਵੇ, ਇਹ ਨਾ ਹੋਵੇ ਆਪਾਂ ਪਾਣੀ ਵਾਂਗੂ ਬਾਂਝੇ ਹੋ ਜਾਈਏ, ਕੀ ਮਸਲਾ ਹੈ, ਕਿਵੇਂ ਹੱਲ ਹੋਊ, ਇਹਦੇ ਬਾਰੇ ਦੱਸੋ। ਇਹਨਾਂ ਦੀ ਅਸਲੀ ਮਨਸਾ ਤਾਂ ਇਹੀ ਆ ਜੀ ਹੁਣ ਕਿ ਕਿਸਾਨਾਂ ਦਾ ਆਪਸੀ ਟਕਰਾਅ ਹੋਵੇ, ਕਿਉਂਕਿ ਦੂਜੇ ਪਿੰਡ ਤੋਂ ਵੀ ਜਿਹੜੇ ਸਿਆਸੀ ਪਾਰਟੀ ਦੇ ਬੰਦੇ ਆ 2-4 ਆਏ ਸੀ ਇੱਥੇ, ਉਹ ਕਹਿੰਦੇ ਜੀ ਸਾਡਾ ਪਾਣੀ ਰੁਕੂਗਾ, ਸਾਡਾ ਕੰਮ ਰੁਕ ਗਿਆ, ਸਾਡੇ ਪਾਣੀ ਨਹੀਂ ਜਾਣਾ, ਅੱਗੇ ਕਿਹੜਾ ਦਾ ਪਾਣੀ ਜਾਂਦਾ। ਇਹਨਾਂ ਨੇ ਸਿਮਰਤ ਕੌਰ ਨੇ ਇਹਨੂੰ ਸੂਏ ਨੂੰ ਬਣਵਾਇਆ ਅਕਾਲੀ ਸਰਕਾਰ ਵੇਲੇ, ਇਹਨਾਂ ਦੇ ਬਾਦਲ ਆ ਕੇ ਪੈਰਾਂ 'ਚ ਬਹਿੰਦੇ ਸੀ, ਹੁਣ ਵੀ ਬਹਿੰਦੇ ਆ, ਪਰ ਉਹਨਾਂ ਦੇ ਸੀ ਛਤਰਛਾਇਆ ਹੇਠ ਹੀ ਇਹ ਚੱਕ ਕੇ ਇੱਧਰ ਹੋਇਆ। ਅਸੀਂ ਅਧਿਕਾਰੀਆਂ ਨੂੰ ਕਿਹਾ ਕਿ ਇਹਦੀ ਮਨਜ਼ੂਰੀ ਕੋਈ ਸਾਨੂੰ ਦਿਖਾਓ, ਕਹਿੰਦੇ ਜੀ ਦਫ਼ਤਰ ਪਈ ਆ।
ਜਦੋਂ ਕੱਲ ਦਾ ਇੱਥੇ ਰੌਲਾ ਪਿਆ ਤੇ ਮਨਜ਼ੂਰੀ ਲੈ ਕੇ ਨਹੀਂ ਆਏ ਇਹ। ਮਨਜ਼ੂਰੀ ਤੁਹਾਨੂੰ ਲੱਗਦਾ ਨਹੀਂ ਪ੍ਰਧਾਨ ਜੀ ਮਨਜ਼ੂਰੀ ਕੋਈ ਨਹੀਂ ਵੀ ਕੱਲਾ ਅਧਿਕਾਰੀਆਂ ਨੂੰ ਦਬਕਾ ਦਿੱਤਾ ਸੀ ਬਾਦਲ ਕਿਆ ਨੇ ਤੇ ਇੱਥੇ ਰੋਡ ਬਣ ਗਿਆ। ਦੂਜੀਆਂ ਸੜਕਾਂ ਦੇ ਵਿੱਚ ਖਾਬੇ ਪਏ ਪਏ ਆ, ਜਿਹੜੇ ਮਰਜ਼ੀ ਪਿੰਡ ਨੂੰ ਵੜ ਜਾਈਏ ਬਾਬੇ ਦੀਆਂ ਗੱਡੀਆਂ ਫਿਰ ਵਧੀਆ, ਬਾਬੇ ਦੀ ਗੱਡੀ ਨੂੰ ਨਾ ਹਲੋਰਾ ਪਵੇ, ਇਹਦੀਆਂ ਸੜਕਾਂ ਪੂਰੀ ਵਧੀਆ ਬਣਾ ਕੇ ਰੱਖਦੇ। ਸੜਕ ਜੀ ਕੋਈ ਬਣੇ ਨਾ ਬਣੇ ਪਰ ਇਹਦੀ ਤਾਂ ਜਨੇਲੀ ਬਣਾਈ ਵੀ ਆ, ਇਹਦੀ ਆਪਦੀ ਜ਼ਮੀਨ ਆ, ਇਹਨੇ ਆਪਦੀ ਜ਼ਮੀਨ ਚ ਕਿਉਂ ਨਹੀਂ ਸੜਕ ਬਣਾਈ? ਨਾਲ ਹੀ ਇਹ ਨਹਿਰ ਵਿਭਾਗ ਸਾਨੂੰ ਕਹਿੰਦਾ ਹੈ ਜੀ ਅਸੀਂ ਸੜਕ ਪੱਟ ਨਹੀਂ ਸਕਦੇ, ਫਿਰ ਤੁਸੀਂ ਸੜਕ ਨਹੀਂ ਪੱਟ ਸਕਦੇ ਤਾਂ ਫਿਰ ਇਹ ਸੂਆ ਹੀ ਬੰਦ ਕਰ ਦੇ ਜਿਹੜਾ ਪੂਰਾ ਬਚਿਆ। ਸੜਕ ਬਣਾਉਣ ਦਾ ਉਹਨਾਂ ਨੂੰ ਪੁੱਛਣਾ ਵੀ ਕਿਹਨੇ ਅਧਿਕਾਰ ਦਿੱਤਾ? ਇਹਨਾਂ ਕੋਲੇ ਜੀ ਕੋਈ ਅਧਿਕਾਰ ਨਹੀਂ ਸੀ। ਇਹਨਾਂ ਦੇ ਸਮੇਂ ਦੇ ਵਿੱਚ ਤਾਂ ਰਾਤਾਂ ਨੂੰ ਰਜਿਸਟਰੀਆਂ ਹੁੰਦੀਆਂ ਸੀ ਬੱਧਨੀ ਦੇ ਵਿੱਚ, ਰਾਤਾਂ ਨੂੰ ਰਜਿਸਟਰੀਆਂ ਹੁੰਦੀਆਂ ਸੀ ਔਰ ਰਾਤਾਂ ਨੂੰ ਹੀ ਗਰਦੌਰੀਆਂ ਬਦਲੀਆਂ ਜਾਂਦੀਆਂ ਸੀ। ਬਿਲਕੁਲ, ਕਣਕਾਂ ਕਿਸੇ ਦੀਆਂ ਗਰਦੌਰੀਆਂ ਇਹਨਾਂ ਦੇ ਨਾਂ ਹੋ ਜਾਂਦੀਆਂ ਸੀ। ਫਿਰ ਇਹ ਜ਼ਮੀਨਾਂ ਦੇ ਕਬਜ਼ੇ ਲੈਂਦੇ ਸੀ, ਇਹਨਾਂ ਦਾ ਗਰੋਹ ਬਣਾਇਆ ਹੋਇਆ ਸੀ ਇੱਕ ਗੁੰਡਾ ਗਰੋਹ ਜਿਹੜਾ ਹੁਣ ਇੱਥੇ ਜਥੇਬੰਦੀ ਜਾਗੀ ਆ ਬੱਧਨੀ ਦੇ ਵਿੱਚ ਔਰ ਇਹਨਾਂ ਦਾ ਹੀ ਨੱਕ ਭੋਰਿਆ ਤੇ ਅੱਗੇ ਹੀ ਭੋਰਾਂਗੇ। ਤੇ ਇਹ ਜਿਹੜਾ ਹੈਗਾ ਤੁਸੀਂ ਜਣੀ ਦੀ ਜਿੰਨਾ ਚੱਕਰ ਇੱਥੇ ਨਹੀਂ ਸਹੀ ਨਹੀਂ ਬਣਾਉਂਦੇ ਉਹਨਾਂ ਚੱਕਰ ਸੰਘਰਸ਼ ਜਾਰੀ ਰਹੂ ਕਿ ਮੰਗ ਪੱਤਰ ਲੈ ਕੇ ਸਮਾਪਤ ਕਰ ਦਿਓਗੇ ਵੀ ਜਿੱਥੋਂ ਦੀ ਬਣਦਾ ਬਣ ਜਾਣ? ਅੱਜ ਅਧਿਕਾਰੀ ਜਿਹੜੇ ਸਾਡੇ ਇੱਥੇ ਆਏ ਆ ਜੀ, ਐਕਸ਼ਨ ਸਾਹਿਬ ਆਏ ਆ ਜਾਂ ਸਾਨੂੰ ਪਤਾ ਨਹੀਂ ਹੋਰ ਕਿਹੜੇ ਕਿਹੜੇ ਆਏ ਆ, ਤਿੰਨ ਚਾਰ ਗੱਡੀਆਂ ਆਈਆਂ ਇਹਨਾਂ ਦੀਆਂ, ਇਹ ਸ਼ਰੇਆਮ ਇਹਦੀ ਬੋਲੀ ਬੋਲ ਰਹੇ ਆ, ਸ਼ਰੇਆਮ ਇਹ ਕਹਿੰਦੇ ਆ ਜੀ ਇਤੂਗਾ ਤਾਂ ਇੰਚ ਅਸੀਂ ਹਿਲਾ ਹੀ ਨਹੀਂ ਸਕਦੇ। ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜਦੋਂ ਜਗ੍ਹਾ ਤੁਹਾਡੀ ਆ ਇਹ ਰੁਕੀ ਬੈਠਾ ਏ, ਸਾਨੂੰ ਪਾਣੀ ਜ਼ਰੂਰੀ ਆ, ਸੜਕ ਜ਼ਰੂਰੀ ਆ, ਇਹ ਸਾਡੀ ਲਾਈਫ ਲੈਣ ਆ ਜੀ। 200 ਫੁੱਟ ਤੇ ਸਾਡੇ ਜ਼ਮੀਨ ਦਾ ਪੱਧਰ ਉੱਠ ਗਿਆ ਪਾਣੀ ਦਾ ਤੇ ਇਦੂ ਬਾਅਦ ਤਾਂ ਸਾਡੀ ਇੱਥੇ ਮੌਤ ਆ ਤੇ ਇਸ ਕਰਕੇ ਅਸੀਂ ਸਾਡੇ ਨਗਰ ਨਿਵਾਸੀ ਵੀ ਆ ਤੇ ਦੂਜੇ ਜਵਾਹਰ ਸਿੰਘ ਵਾਲੇ ਤੋਂ ਵੀ ਆਇਆ 2-3 ਕਿਸਾਨ ਇੱਥੇ ਅੱਜ ਉਹਨਾਂ ਤੱਕ ਪਹੁੰਚ ਹੋਈ ਆ ਔਰ ਅੱਗੇ ਤੋਂ ਅਸੀਂ ਇਹਦਾ ਸੰਘਰਸ਼ ਤਿੱਖਾ ਕਰਾਂਗੇ ਔਰ ਅਸੀਂ ਇੱਥੇ ਟੈਂਟ ਲਾ ਕੇ ਤੇ ਸੁਬਹਾ ਸ਼ਾਮ ਜਾਣੀ ਦਿਨ ਦੀ ਅਸੀਂ ਹਾਜ਼ਰੀ ਇੱਥੇ ਸ਼ੁਰੂ ਕਰ ਦੇਣੀ ਆ। ਜੇ ਦੇਖਿਆ ਜਾਵੇ ਪ੍ਰਧਾਨ ਜੀ ਦੇਖ ਗਏ ਮੱਛਰ ਦੇਖੋ ਕਿੰਨਾ ਦਿਨ ਪੁਰ ਰਾਤ ਤੁਸੀਂ ਇੱਥੇ ਤੁਹਾਨੂੰ ਨਿਗਾਹ ਰੱਖਣੀ ਪੈ ਰਹੀ ਹੈ ਮੱਛਰ ਦੇ ਵਿੱਚ, ਅਧਿਕਾਰੀਆਂ ਨੂੰ ਜਾਂ ਸਰਕਾਰ ਨੂੰ ਨਹੀਂ ਧਿਆਨ? ਸਰਕਾਰਾਂ ਤਾਂ ਜੀ ਦੇਖੋ ਸਾਨੂੰ ਇਹ ਲੱਗਦਾ ਸੀਗਾ ਵੀ ਜਿਹੜੀ ਇਹ ਸਰਕਾਰ ਨਵੀਂ ਆਈ ਆ ਵੀ ਹੋ ਸਕਦਾ ਵੀ ਜਿਹੜਾ ਇਹ ਭਗਵੰਤ ਮਾਨ ਕਹਿੰਦਾ ਮੈਂ ਇਨਕਲਾਬੀ ਹਾਂ, ਪੱਗ ਵੀ ਸਾਡੇ ਭਗਤ ਸਿੰਘ ਵਾਲੀ ਬੰਨਦਾ ਏ ਤੇ ਗੱਲਾਂ ਵੀ ਇਨਕਲਾਬ ਦੀਆਂ ਕਰਦਾ, ਪਰ ਇਹਦਾ ਜਿਹੜਾ ਰਵੱਈਆ ਏ ਉਹ ਵੀ ਸਾਨੂੰ ਲੱਗਦਾ ਵੀ ਇਹਨਾਂ ਦੇ ਪੱਖ 'ਚ ਇਹ ਭੁਗਤ ਰਹੇ ਆ ਕਿਉਂਕਿ ਕੱਲ੍ਹ ਪਰਸੋਂ ਦਾ ਇਹ ਰੌਲਾ ਚੱਲ ਰਿਹਾ ਏ ਤੇ ਸਾਡਾ ਹਲਕੇ ਦਾ MLA ਨਹੀਂ ਇੱਥੇ ਆਇਆ, ਉਹਨੇ ਸਾਡਾ ਨੂੰ ਪੁੱਛਿਆ ਨਹੀਂ ਸਾਨੂੰ ਵੀ ਤੁਸੀਂ ਕਹਿ ਉਹਨੂੰ ਕੀ ਦੁੱਖ ਆ ਕਿਉਂ ਕੰਮ ਰੁਕਿਆ ਇਹ, ਉਹ ਸਭ ਕੰਨੀ ਤੇ ਬੈਠ ਕੇ ਜੀ ਰੋਟੀਆਂ ਸੇਕਣ ਨੂੰ ਬੈਠੇ ਆ ਵੀ ਕਿਵੇਂ ਇਹ ਦੇਖਾਂਗੇ ਤੇਲ ਦੀ ਧਾਰ ਕਿੱਧਰ ਜਾਂਦੀ ਆ। ਸੋ ਦਰਸ਼ਕੋ ਜੇ ਦੇਖਿਆ ਜਾਵੇ ਇਹਨਾਂ ਦੀ ਮੰਗ ਆ ਕਿ ਜਿੱਥੇ ਪਹਿਲਾਂ ਸੂਆ ਸੀ ਉੱਥੇ ਬਣਾਇਆ ਜਾਵੇ। ਤੁਸੀਂ ਦੇਖ ਰਹੇ ਹੋ ਕਿ ਕਿੰਨਾ ਮੱਛਰ ਹੈ ਲਗਾਤਾਰ, ਜਿਹੜੇ ਕਿਸਾਨ ਆ ਯਾਰ ਇਹਨਾਂ ਨੂੰ ਵੀ ਮਲੇਰੀਆ ਜਾਂ ਕੋਈ ਬੁਖਾਰ ਵੀ ਹੋ ਸਕਦਾ, ਇੰਨਾ ਜ਼ਿਆਦਾ ਮੱਛਰ ਹੈ ਤੇ ਵਿਚਾਰੇ ਦਿਨ ਪੁਰ ਰਾਤ ਧਰਨਾ ਦੇ ਰਹੇ ਆ, ਜਿਹੜੇ ਆਮ ਘਰਾਂ ਦੇ ਸੀ ਉਹ ਕਿੱਥੇ ਨੇ ਅੱਜ ਇਹਨਾਂ ਦੀ ਸਾਰ ਲੈਣ? ਜਿਹੜੇ ਮੁੱਖ ਮੰਤਰੀ ਸਾਹਿਬ ਕੱਲ੍ਹ ਨਿਹਾਲ ਸਿੰਘ ਵਾਲੇ ਆਏ ਸੀ, ਕੀ ਉਹਨਾਂ ਨੂੰ ਦੱਸਿਆ ਨਹੀਂ CID ਵਿਭਾਗ ਨੇ ਵੀ ਇੱਥੇ ਧਰਨਾ ਲੱਗਿਆ ਵਾ, ਰੌਲਾ ਚੱਲਦਾ, ਜਾਂ ਜਿਹੜੇ ਹੋਰ ਮੰਤਰੀ ਸਾਹਿਬ ਹੈ ਉਹਨਾਂ ਤੱਕ ਪਤਾ ਨਹੀਂ ਲੱਗਿਆ? ਮੀਡੀਆ ਦੇ ਵਿੱਚ ਗੱਲਾਂ ਆ ਗਈਆਂ, ਇਹ ਵੀਡੀਓ ਪਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਾਡੀ ਸੁਣੀ ਜਾਵੇ। ਦਰਸ਼ਕੋ ਜਿਹੜੇ ਇੱਥੇ ਨੇੜੇ ਖੇਤਾਂ ਵਾਲੇ ਨੇ ਘਰਾਂ ਵਾਲੇ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਕਿ ਜਿਹੜੀ ਜਥੇਬੰਦੀ ਆ ਜਾਂ ਇਹ ਕਿਸਾਨ ਆ ਸਹੀ ਰੌਲਾ ਪਾ ਰਹੇ ਨੇ, ਕਿਉਂਕਿ ਕਈਆਂ ਨੂੰ ਲੱਗੂਗਾ ਪਤਾ ਨਹੀਂ ਵਿੱਚ ਇਹ ਕਹਿੰਦੇ ਵੀ ਬਾਬੇ ਨਾਲ ਪਤਾ ਨਹੀਂ ਕਿਸੇ ਦੀ ਕਿਹੜ ਨਾ ਹੋਵੇ। ਸੋ ਜਗਸੀਰ ਸਿੰਘ ਕਿੱਕਰ ਪ੍ਰਧਾਨ ਨੇ ਜਿਨ੍ਹਾਂ ਦਾ ਨਜ਼ਦੀਕ ਘਰ ਹੈ ਉਹ ਜਾ ਰਹੇ ਸੀ ਗੱਡੀ 'ਤੇ, ਅਸੀਂ ਉਹਨਾਂ ਨੂੰ ਰੋਕਿਆ ਕਿ ਪੁੱਛਿਆ ਜਾਵੇ ਪ੍ਰਧਾਨ ਜੀ ਇਹ ਜਿਹੜਾ ਸੂਆ ਨਿਕਲ ਰਿਹਾ ਦੀਨ ਮਾਨ ਨਾਲ ਦੱਸਿਓ ਵੀ ਇੱਥੇ ਹੀ ਪਹਿਲਾਂ ਸੂਆ ਹੁੰਦਾ ਜੀ, ਤੁਸੀਂ ਬਚਪਨ ਤੋਂ ਇੱਥੇ ਰਹਿੰਦੇ ਆ, ਇਹ ਜਿਹੜੀ ਸੜਕ ਸੀ ਇੱਧਰ ਹੀ ਸੀ ਪਹਿਲੇ ਪਾਸੇ ਹੀ ਸੂਆ ਸੀ, ਸੱਚ ਦੱਸਿਓ ਕੀ? ਚਮਕੌਰ ਜੀ ਸਾਡਾ ਘਰ ਸਭ ਤੋਂ ਨੇੜੇ ਪੈਂਦਾ ਤੇ ਜਦੋਂ ਵੀ ਕਣਕਾਂ ਵੱਢਦੇ ਜਾਂ ਪਸ਼ੂ ਚਾਰਨ ਆਉਂਦੇ ਸੀਗੇ ਅਸੀਂ ਛੋਟੇ ਛੋਟੇ ਹੁੰਦੇ ਇੱਥੇ ਪਸ਼ੂਆਂ ਨੂੰ ਪਾਣੀ ਪਿਆਉਣ ਆ ਜਾਂਦੇ ਸੀਗੇ। ਜਿਹੜਾ ਬਾਬੇ ਦੀ ਇਹ ਜਗ੍ਹਾ ਬਣੀ ਵੀ ਆ ਇੱਥੇ ਖੇਤ ਹੁੰਦਾ ਸੀਗਾ, ਇੱਧਰਲੇ ਪਾਸੇ ਰਾਹ ਹੁੰਦਾ ਸੀਗਾ ਪੂਰਾ ਟਰੈਕਟਰ ਰੇਹੜੀਆਂ ਜੋ ਵੀ ਲੰਘਦਾ ਸੀਗਾ, ਇੱਧਰ ਇੱਕ ਛੋਟੀ ਜਿਹੀ ਵੱਟ ਹੁੰਦੀ ਸੀਗੀ ਤੇ ਜਿਹੜਾ ਇਹ ਸੂਆ ਬਣਿਆ ਵਾ ਪਹਿਲਾਂ ਕੱਚੇ ਤੌਰ 'ਤੇ ਇਹਨਾਂ ਨੇ ਉੱਧਰ ਨੂੰ ਧੱਕਤਾ। ਅੱਛਾ ਜੀ। ਤੇ ਹੁਣ ਜਿਹੜੀ ਇਹਦੀ ਪੱਕੇ ਤੌਰ 'ਤੇ ਮਿਹਨਤੀ ਹੋਣੀ ਆ ਤੇ ਪੱਕੇ ਤੌਰ 'ਤੇ ਜਿੱਥੇ ਵੀ ਸੂਆ ਆਉਣਾ ਚਾਹੀਦਾ ਉੱਥੇ ਆਉਣਾ ਚਾਹੀਦਾ, ਆ ਪੁਲੀ ਨੂੰ ਮਿਲ ਕੇ ਉੱਧਰਲੀ ਪੁਲੀ ਸਹੀ ਆਉਂਦੀ ਆ, ਇੱਧਰ ਜਿਹੜਾ ਰਾਹ ਬਣਿਆ ਵਾ ਇਹ ਬੇਕਾਨੂੰਨੀ ਆ ਕਿਉਂਕਿ ਅਸੀਂ ਛੋਟੇ ਹੁੰਦੇ ਜਦੋਂ ਉਦੋਂ ਠਾਟ ਵੀ ਨਹੀਂ ਸੀ ਬਣੀ ਵੀ ਜਦੋਂ ਅਸੀਂ ਪਸ਼ੂ ਛੋਟੇ ਛੋਟੇ ਹੁੰਦੇ ਚਾਰਦੇ ਰਹੇ ਆ ਇੱਥੇ। ਰਸਤਾ ਪਹਿਲੇ ਪਾਸੇ ਪਹਿਲੇ ਪਾਸੇ ਕਿਸਾਨਾਂ ਲਈ ਸੀ ਤੇ ਬਾਬੇ ਨੇ ਆਪਦੀ ਮਰਸੜੀ ਨਗਾਉਣ ਲਈ ਇਹ ਬਣਾਇਆ ਜੀ। ਅੱਛਾ, ਤੁਹਾਨੂੰ ਲੱਗਦਾ ਵੀ ਪ੍ਰਧਾਨ ਜੀ
ਤੁਸੀਂ ਇੱਥੇ ਰਹਿੰਦੇ ਹੋ ਲੋਕਲ, ਕਹਿੰਦੇ ਲੀਡਰ ਲੂਡਰ ਬੜੇ ਆਉਂਦੇ ਤੇ ਅਧਿਕਾਰੀ ਵੀ ਵਿਚਾਰੇ ਡਰਦੇ, ਉਹਨਾਂ ਦੀ ਬੋਲੀ ਬੋਲਦੇ ਆ, ਤੁਹਾਨੂੰ ਲੱਗਦਾ ਵੀ ਆਈ ਆ? ਇਹ ਦੇਖੋ ਜੀ, ਤੁਹਾਨੂੰ ਪਤਾ ਜਿਹੜੀ ਪੋਲੀਟੀਕਲ ਪਾਰਟੀ ਆ ਬਾਬੇ ਜੋਰੀ ਦਾ ਜ਼ੋਰ ਸੀਗਾ ਤੇ ਇਹਨੇ ਕੱਚੇ ਤੌਰ ਤੇ ਪਹਿਲਾਂ ਸੂਆ ਮਾੜਾ ਜਿਹਾ ਧੱਕਤਾ ਉੱਧਰ ਨੂੰ। ਹੁਣ ਆਪਾਂ ਨੂੰ ਪਤਾ ਵੀ ਇਹ ਸਹੀ ਮਿਹਨਤੀ ਦੇ ਨਾਲ ਜਿੱਥੇ ਵੀ ਬਣਨਾ ਉੱਥੇ ਬਣਨਾ ਚਾਹੀਦਾ, ਤੇ ਪਹਿਲਾਂ ਕੱਚੇ ਤੌਰ ਤੇ ਚਲੋ 2 ਫੁੱਟ ਧੱਕਤਾ, ਹੁਣ ਜਦੋਂ ਪੱਕਾ ਪੂਰਾ ਬਣਨਾ ਜਿੱਥੇ ਸੂਆ ਪਹਿਲਾਂ ਸੀਗਾ ਉੱਥੇ ਬਣਨਾ ਚਾਹੀਦਾ। ਠੀਕ ਆ, ਸੋ ਇਹਨਾਂ ਦਾ ਕਹਿਣਾ ਹੈ ਕਿ ਜਿੱਥੇ ਪਹਿਲਾਂ ਸੀ ਉੱਥੇ ਬਣਨਾ ਚਾਹੀਦਾ। ਆਹ ਜਿਹੜੀ ਸੜਕ ਆ ਇਹ ਬਾਬੇ ਨੇ ਆਪਦੇ ਅਸਰ ਰਸੂਕ ਦੇ ਨਾਲ ਨਜਾਇਜ਼ ਤੌਰ ਤੇ, ਨਜਾਇਜ਼ ਢੰਗ ਨਾਲ, ਗੈਰ ਕਾਨੂੰਨੀ ਢੰਗ ਨਾਲ ਬਣਾਈ ਵੀ ਆ। ਕਿਵੇਂ ਬਣੀ ਆ ਸਰਕਾਰ ਦੇ ਤਾਂ ਦੇ ਵਿੱਚ ਇੱਕ ਨਿੱਜੀ ਠਾਠ ਨੂੰ, ਸਾਡਾ ਕੋਈ ਧਾਰਮਿਕ ਸਥਾਨ ਜਾਂ ਠਾਠ ਨਾਲ ਰੌਲਾ ਨਹੀਂ, ਪਰ ਇਹ ਬਣੀ ਕਿਹੜੇ ਕਾਨੂੰਨ 'ਚ ਆ? ਜੇ ਇਹਨਾਂ ਦੀ ਬਣ ਸਕਦੀ ਤਾਂ ਹੋਰ ਵੀ ਲੋਕ ਨਹਿਰਾਂ 'ਤੇ ਕਹਿਣਗੇ ਵੀ ਸਾਡੇ ਘਰ ਨੂੰ ਬਣਾ ਦਿਓ, ਇਸ ਤਰ੍ਹਾਂ ਨਹੀਂ ਹੁੰਦਾ। ਸੋ ਅਧਿਕਾਰੀ ਆਏ ਆ, ਉਹਨਾਂ ਨੂੰ ਮੰਗ ਪੱਤਰ ਸੌਂਪਣਗੇ ਯੂਨੀਅਨ ਵਾਲੇ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸੋ ਜਥੇਬੰਦੀ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਹੈ, ਗੱਲਬਾਤ ਕਰਦੇ ਪੁੱਛਦੇ ਆ ਕਿ ਕਿਹੋ ਜਿਹੀਆਂ ਅਗਲੀ ਜਿਹੜੀ ਕਾਰਵਾਈ ਹੋਊਗੀ ਜਾਂ ਕੰਮ ਰੋਕਿਆ ਜਾਊ ਜਦ ਤੱਕ ਅਗਲੇ ਹੁਕਮ ਆਉਣਗੇ। ਸਰ ਆਪਣਾ ਕੀ ਅਹੁਦਾ ਹੈ, ਅੱਜ ਮੰਗ ਪੱਤਰ ਦਿੱਤਾ ਹੈ, ਇਹਦੇ ਬਾਰੇ ਦੱਸੋ, ਇਹ ਜਿਹੜਾ ਕੰਮ ਆ ਹੁਣ ਚਲਾਓਗੇ ਜਾਂ ਰੋਕਿਆ ਜਾਊ ਅਗਲੀ ਮਨਜ਼ੂਰੀ ਤੱਕ? ਕੀ ਕੰਮ ਬੰਦ ਹੈ? ਹਾਂਜੀ, ਜੋ ਇਹਨਾਂ ਦੀ ਮੰਗ ਸੀ ਅਤੇ ਅਸੀਂ ਇਹਦੀ ਪੜਤਾਲ ਕਰਦੇ ਹਾਂ। ਸਾਡੇ ਮੁਤਾਬਕ ਹੁਣ ਤੱਕ ਇਹਦੀ ਮਨਜ਼ੂਰੀ ਪਹਿਲਾਂ ਹੋਈ ਹੋਈ ਹੈ ਇਸ ਪਾਸੇ ਦੀ, ਜਿਹੜਾ ਕਹਿ ਰਹੇ ਨੇ ਵੀ ਖੱਬੇ ਸੱਜੇ ਪਾਸੇ ਬਣਿਆ ਹੋਇਆ ਖੱਬੇ ਪਾਸੇ ਸੀ ਜਿਹੜਾ ਜੀ ਹੁਣ ਤੱਕ ਚੱਲਦਾ ਸੀ, ਜਿਹੜਾ ਪਹਿਲਾਂ ਸੀ। ਇਹ ਲੋਕਾਂ ਦਾ ਕਹਿਣਾ ਵੀ ਉਦੋਂ ਇੱਧਰਲੇ ਪਾਸੇ ਹੀ ਰਸਤਾ ਪਹਿਲੇ ਪਾਸੇ ਚੱਲਦਾ ਹੁੰਦਾ ਜੀ, ਉਦੋਂ ਬਾਅਦ ਇਹਨਾਂ ਨੇ ਜਿਹੜੀ ਆ ਸੜਕ ਬਣਾਈ ਆ ਕਿ ਨਹਿਰੀ ਵਿਭਾਗ ਦੀ ਜਗ੍ਹਾ ਦੇ ਵਿੱਚ ਨਿੱਜੀ ਰਸਤਾ ਬਣ ਸਕਦਾ? ਨਿੱਜੀ ਰਸਤਾ ਨਹੀਂ ਹੈਗਾ ਜੀ। ਅੱਛਾ ਜੀ, ਨਿੱਜੀ ਰਸਤਾ ਨਹੀਂ ਹੈ ਨਾ, ਕਿਸੇ ਧਾਰਮਿਕ ਸਥਾਨ ਨੂੰ ਜਾ ਰਸਤਾ ਦੇ ਸਕਦੇ ਹਾਂ ਆਪਾਂ? ਨਹੀਂ ਜੀ, ਇਹ ਤਾਂ ਧਾਰਮਿਕ ਸਥਾਨ ਨੂੰ ਜਾਂਦਾ ਹੀ, ਅੱਗੇ ਵੀ ਜਾਂਦਾ ਇਹ, ਜ਼ਰੂਰੀ ਨਹੀਂ ਹੈ। ਨਹੀਂ ਜੀ, ਇੱਕ ਰਸਤਾ ਹੀ ਆ ਇਹ ਬਣਿਆ ਵਾ, ਪਿੱਛੇ ਜਿਹੜੇ ਰਸਤੇ ਆ ਫਿਰ ਉਹ ਕਿਉਂ ਨਹੀਂ ਪੱਕੇ? ਇਹਨੇ ਮੰਗ ਹੋਊਗੀ ਉਸ ਸਮੇਂ ਤੇ ਉਸ ਹਿਸਾਬ ਨਾਲ ਹੀ ਦਿੱਤੀ ਹੋਊ। ਕਿਹਨੇ ਮੰਗ ਆਪਣੇ ਕੋਲ ਰਿਕਾਰਡ ਮੁਤਾਬਕ ਮੈਨੂੰ ਨਹੀਂ ਪਤਾ ਕਿਹਨੇ ਦਿੱਤੀ, ਇਹ ਅੱਜ ਦੀ ਗੱਲ ਨਹੀਂ ਹੈ ਕੋਈ 10-15 ਕਿਉਂਕਿ ਜੀ ਪਿੰਡ ਵਾਸੀ ਖੜੇ, ਪੰਚਾਇਤ ਖੜੀ ਇੱਥੋਂ ਦੀ, ਉਹਨਾਂ ਨੇ ਤਾਂ ਮੰਗ ਨਹੀਂ ਕੀਤੀ, ਬਾਬੇ ਨੇ ਫਿਰ ਇੱਕ ਦੀ ਮੰਗ ਦੇ ਉੱਤੇ ਤੁਹਾਨੂੰ ਲੱਗਦਾ ਵੀ ਜੇ ਪੱਕਾ ਕੀਤਾ ਤਾਂ ਗਲਤ ਸੀ? ਉਦੋਂ ਇਹਨਾਂ ਨੇ ਮੰਗ ਰੱਖਣੀ ਸੀ ਵੀ ਸਾਡੇ ਵਿਰੁੱਧ ਹੋ ਰਿਹਾ ਕੰਮ ਇਹ, ਇੱਕ ਬੰਦੇ ਦੀ ਮੰਗ ਤੇ ਕੀਤਾ ਜੀ ਤਾਂ ਗਲਤ ਹੋਇਆ ਕਿ ਸਹੀ ਹੋਇਆ? ਉਹ ਤਾਂ ਦੇਖਾਂਗੇ ਜੀ ਮਨਜ਼ੂਰੀ 'ਚ ਕੀ ਹੈ। ਜੇ ਮੰਨ ਲਓ ਇੱਕ ਬੰਦੇ ਦੀ ਕੋਈ ਮੰਗ ਹੋਵੇ ਫਿਰ ਤੁਹਾਨੂੰ ਲੱਗਦਾ ਵੀ ਗਲਤ ਹੋਊਗਾ ਤੇ ਫਿਰ ਇਹ ਤੇ ਕਾਰਵਾਈ ਹੋਊਗੀ? ਕਾਰਵਾਈ ਕਾਹਦੀ ਹੋਣੀ ਹੈ ਤੇ ਵੀ ਇਹ ਜੀ ਜਿਹੜੀ ਬਣਿਆ ਰਾ, ਜੇ ਉਹ ਤੇ ਨਾਲੇ ਇਹਨਾਂ ਦਾ ਮੰਗ ਪੱਤਰ ਨਹੀਂ ਲੱਗਿਆ ਪੰਚਾਇਤ ਦਾ, ਫਿਰ ਤੁਹਾਨੂੰ ਲੱਗਦਾ ਨਹੀਂ ਵੀ ਇਹ ਗੈਰ ਕਾਨੂੰਨੀ ਢੰਗ ਨਾਲ ਬਣੀ ਵੀ ਹੈ? ਨਹੀਂ, ਗੈਰ ਕਾਨੂੰਨੀ ਢੰਗ ਨਾਲ ਨਹੀਂ ਬਣੀ ਜੀ। ਹਾਂਜੀ, ਮਨਜ਼ੂਰੀ ਲੈ ਕੇ ਬਣਾਈ ਗਈ ਹੈ ਨਹਿਰੀ ਵਿਭਾਗ ਤੋਂ। ਹਾਂਜੀ ਠੀਕ ਹੈ ਜੀ। ਇੱਕ ਬਾਬੇ, ਫਿਰ ਬਾਬੇ ਨੂੰ ਹੀ ਦਿੱਤੀ ਜੀ, ਫਿਰ ਕਿਹਨੂੰ ਮਨਜ਼ੂਰੀ ਕਿਹਨੂੰ ਦਿੱਤੀ? ਪੰਚਾਇਤ ਨੇ ਤਾਂ ਲਈ ਨਹੀਂ ਇਹੀ ਰੌਲਾ ਜੀ। ਨਹੀਂ, ਉਹ ਤਾਂ ਅਸੀਂ ਵੇਖਾਂਗੇ ਕਿਹਨੇ ਦਿੱਤੀ ਹੈ ਜੀ, ਕਿਹਨੇ ਕੀ ਦਿੱਤਾ ਉਹ ਵੇਖਾਂਗੇ ਅਸੀਂ। ਹੁਣ ਇਹ ਕਹਿੰਦੇ ਜੀ ਅਸੀਂ ਕੱਲ ਸਾਰੇ ਇਹਨਾਂ ਨੇ ਕਿਹਾ ਸੀ ਵੀ ਰਿਕਾਰਡ ਲੈ ਕੇ ਆਇਓ ਜਾਂ ਦੇਖ ਕੇ ਆਇਓ, ਇਹ ਕਹਿੰਦੀ ਦਫ਼ਤਰ ਪਿਆ ਰਿਕਾਰਡ ਦੇਖ ਕੇ ਆਇਆ। ਹਾਂਜੀ, ਰਿਕਾਰਡ ਦੇਖ ਕੇ ਆਇਆ, ਰਿਕਾਰਡ ਦੇਖ ਕੇ ਗੱਲ ਕਰ ਰਹੇ ਇੱਥੇ ਵੀ ਸੜਕ ਦੀ ਮਨਜ਼ੂਰੀ ਆ। ਹਾਂਜੀ, ਸੜਕ ਦੀ ਵੀ, ਇੱਧਰ ਕਰਨ ਦੀ ਵੀ, ਕਰਨ ਦੀ ਵੀ, ਬਿਲਕੁਲ ਵੀ ਉੱਧਰਲੇ ਪਾਸੇ ਪੱਕਾ ਕਰਨ ਦੀ ਵੀ, ਵਿੱਚ ਸੂਆ ਪੱਕਾ ਕਰਨ ਦੀ ਵੀ ਮਨਜ਼ੂਰੀ ਹੈਗੀ ਹੈ। ਸੋ ਦਰਸ਼ਕੋ, ਜੇ ਦੇਖਿਆ ਜਾਵੇ ਪਿੰਡ ਵਾਲੇ ਜਿਹੜੇ ਸਾਰੇ ਪੰਚਾਇਤ, ਉਹ ਕਹਿੰਦੀ ਵੀ ਅਸੀਂ ਕਹਿੰਦੇ ਸੂਆ ਇੱਥੋਂ ਦੀ ਲੰਘੇ, ਪਰ ਇੱਕ ਨਿੱਜੀ ਰਸਤੇ ਨੂੰ, ਬਾਬੇ ਦੀ ਠਾਠ ਨੂੰ, ਉਹਦਾ ਘਰ ਵੀ ਆ ਉੱਥੇ, ਉਹਦਾ ਧੀਆਂ ਪੁੱਤਰ ਵੀ ਰਹਿੰਦੇ ਆ, ਉਹਦੇ ਲਈ ਇਹ ਰਸਤਾ ਬਣਿਆ, ਇੱਕ ਬੰਦੇ ਲਈ ਸੜਕ ਬਣਾਈ ਗਈ, ਅਤੇ ਜਿਹੜੇ ਅਧਿਕਾਰੀ ਆ ਉਹ ਕਹਿੰਦੇ ਇਹਦੀ ਮਨਜ਼ੂਰੀ ਮਿਲੀ ਵੀ ਆ। ਇਹ ਤੁਸੀਂ ਦੇਖ ਸਕਦੇ ਹੋ ਮਹਿਕਮੇ ਨੇ ਕਿਵੇਂ ਮਨਜ਼ੂਰੀ ਦਿੱਤੀ ਜਾਂ ਸਰਕਾਰਾਂ ਨੇ ਮੁਲਾਜ਼ਮਾਂ ਦੇ ਜ਼ੋਰ ਪਵਾ ਕੇ ਮਨਜ਼ੂਰੀ ਦਵਾਈ। ਇਹ ਜਾਂਚ ਦਾ ਵਿਸ਼ਾ, ਜਾਂਚ ਹੋਊਗੀ, ਜਾਂਚ ਮੰਗ ਰਹੇ ਨੇ, ਕਿਵੇਂ ਦੀ ਜਾਂਚ ਸਾਹਮਣੇ ਆਉਂਦੀ ਉਹ ਵੀ ਅੱਗੇ ਅਪਡੇਟ ਦਿੰਦੇ ਰਹਾਂਗੇ। ਕੈਮਰਾ ਪਰਸਨ ਰਮੇਸ਼ ਧਾਲੀਵਾਲ ਦੇ ਨਾਲ ਮੈਂ ਚਮਕੌਰ ਲੋਕੋ ਮੋਗਾ, ਪਿੰਡ ਬੱਧਨੀ ਕਲਾਂ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦਵਾਜ, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ
सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हां कुलराज रंधावा ते तुसी वेख रहे हो D5 चैनल पंजाबी, जिहड़ा लॉन्च हो चुका है हुण कैनेडा विच।